ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਡੇਸੀ ਡਿਊਟ ਚੈਨਲ ਤੇ ਸਵਾਗਤ ਹੈ। ਥੋੜਾ ਢਿੱਲੇ ਹੋਣ ਕਰਕੇ ਵੀਡੀਓ ਡਿਲੇ ਰਹਿ ਗਿਆ। ਅੱਜ ਤੁਹਾਨੂੰ ਅਸੀਂ ਲੈ ਕੇ ਚੱਲਾਂਗੇ ਕੈਸ਼ਮੀਰ ਹਿੱਲ, ਜਿਹੜਾ ਕਿ ਉਹ ਵੀ ਇੱਕ 20 ਮਿੰਟ ਦੀ ਦੂਰੀ ਤੇ। ਚਲੋ ਚੱਲੀਏ। ਸਤਿ ਸ਼੍ਰੀ ਅਕਾਲ, ਆਪਾਂ ਪਹੁੰਚ ਗਏ ਕੈਸ਼ਮੀਰ ਹਿੱਲ। ਉਹ ਕੈਸ਼ਮੀਰ ਹਿੱਲ ਦਾ ਪੀਕ ਪੁਆਇੰਟ ਆ ਅਤੇ ਮੇਰੇ ਲੈਫਟ ਸਾਈਡ 'ਤੇ ਕ੍ਰਾਈਸ਼ਰ ਸਿਟੀ ਆ, ਤੁਹਾਨੂੰ ਉਹ ਦਿਖਾਉਂਦੇ ਹਾਂ। ਆ ਦੇਖੋ ਦਾ ਟਾਈਮ ਹੈ, ਸਰਦੀਆਂ ਦਾ ਵੀ ਟਾਈਮ ਹੈ, ਥੋੜ੍ਹੀ ਠੰਡ ਹੋ ਚੁੱਕੀ ਹੈ। ਬਹੁਤ ਸਾਰੀ ਕ੍ਰਾਈਸ਼ਰ ਸਿਟੀ ਆ ਜਿੰਨੀ ਤੁਹਾਨੂੰ ਦਿਖ ਰਹੀ ਹੈ। ਉਹਦੇ ਰਾਈਟ ਸਾਈਡ 'ਤੇ ਤੁਸੀਂ ਦੇਖ ਸਕਦੇ ਹੋ ਸਮੁੰਦਰ। ਹੋਪਫੁਲੀ ਤੁਹਾਨੂੰ ਆਉਣ ਵਾਲੀ ਵੀਡੀਓ ਦੇ ਵਿੱਚ ਨਿਊ ਬ੍ਰਾਈਟਨ ਬੀਚ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਅਤੇ ਆਹ ਏਰੀਆ ਦੇਖ ਲਿਆ। ਅੱਜ ਤੁਹਾਨੂੰ ਆਪਾਂ ਪਾਰਕਿੰਗ ਦੇ ਓਪੋਜ਼ਿਟ ਸਾਈਡ ਦਿਖਾਈਏ, ਡਾਇਮੰਡ ਹਾਰਬਰ। ਆ ਜਾਓ। ਸੋ ਆਹ ਪਾਰਕਿੰਗ ਦੇ ਓਪੋਜ਼ਿਟ ਸਾਈਡ ਆ ਡਾਇਮੰਡ ਹਾਰਬਰ। ਤੁਹਾਨੂੰ ਇਹਦਾ ਵੀ ਵਿਊ ਦਿਖਾਉਣੇ ਆ, ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਵਿਊ ਆ। ਆ ਜਾਓ। ਚਲੋ ਹੁਣ ਆਪਾਂ ਤੁਹਾਨੂੰ ਲੈ ਕੇ ਚੱਲੀਏ ਪੀਕ ਪੁਆਇੰਟ 'ਤੇ ਕੈਸ਼ਮੀਰ ਹਿੱਲ 'ਤੇ। ਚਲੋ ਚੱਲੀਏ। ਲਓ ਜੀ, ਆਪਾਂ ਹੁਣ ਪਹੁੰਚ ਗਏ ਕੈਸ਼ਮੀਰ ਦੀ ਪੀਕ ਪੁਆਇੰਟ 'ਤੇ। ਤੁਸੀਂ ਦੇਖ ਸਕਦੇ ਹੋ ਰੌਣਕ ਮੇਲਾ ਪੂਰਾ ਲੱਗਿਆ ਹੋਇਆ, ਲੋਕ ਆਏ ਹੋਏ ਆ ਇਹ ਵਿਊ ਨੂੰ ਦੇਖਣ ਲਈ। ਨਾਈਟ ਵਿਊ ਵੀ ਤੁਹਾਨੂੰ ਥੋੜ੍ਹੇ ਟਾਈਮ ਬਾਅਦ ਦਿਖਾਵਾਂਗੇ। ਅਤੇ ਚਲੋ ਆ ਜਾਓ। ਥੋੜ੍ਹਾ ਥੋੜ੍ਹਾ ਸਿਟੀ ਤੁਸੀਂ ਦੇਖ ਸਕਦੇ ਕਿੰਨੀ ਸੋਹਣੀ ਲੱਗ ਰਹੀ ਹੈ। ਸੋ ਇਹ ਸੀ ਕੈਸ਼ਮੀਰ ਹਿੱਲ। ਹੋਪਫੁਲੀ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ, ਜੇ ਚੰਗੀ ਲੱਗੀ ਤਾਂ ਲਾਈਕ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਤਾਂ ਮਿਲਦੇ ਹਾਂ ਫਿਰ ਨਵੀਂ ਵੀਡੀਓ ਦੇ ਨਾਲ। ਟਿਲ ਦੈਨ ਸਟੇ ਟਿਊਨਡ। ਸਤਿ ਸ਼੍ਰੀ ਅਕਾਲ।